ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ, ਜਿਹੜਾ ਦੇਸ਼ ਦੀਆਂ 76 ਜਥੇਬੰਦੀਆਂ ਅਤੇ SKM ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ, ਉਹਦੇ 'ਚ ਆਪਣੀ ਜਥੇਬੰਦੀ ਅੱਜ ਪਿੰਡ ਅਬਦਾਲ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਕੱਠ ਤੁਸੀਂ ਆਪ ਦੇਖੋਗੇ। ਅਤੇ ਜਦੋਂ ਇਹ ਦਿੱਲੀ ਨੂੰ ਤੁਰਾਂਗੇ ਫਿਰ ਮੋਦੀ ਦੇ ਸਾਰੇ ਭੁਲੇਖੇ ਲਾ ਦੇਵਾਂਗੇ ਵੀ ਕਿੱਡੀ ਵੱਡੀ ਤਿਆਰੀ ਹੈਗੀ ਆ। ਤੋ ਜਿਹੜਾ ਕਰ ਮੁਕਤ ਵਪਾਰ ਸਮਝੌਤਾ ਵਾ, ਜਿਹਦੇ ਤਹਿਤ ਵਿਦੇਸ਼ੀ ਫਸਲਾਂ ਸਾਡੀ ਖੇਤੀ ਮੰਡੀ ਵਿੱਚ ਡੰਪ ਕਰਕੇ ਉਹਨੂੰ ਤੋੜਨਾ ਵਾ, ਇੱਕ ਤਾਂ ਉਹ ਵਾਪਸ ਕਰਾਉਣਾ ਵਾ, ਜਿਹੜੇ 77 ਸੈਲੋ ਗੋਦਾਮ ਪੰਜਾਬ 'ਚ ਖੁੱਲ੍ਹੇ ਆ ਜਿਨ੍ਹਾਂ ਮੰਡੀਆਂ ਨੂੰ ਖਾਣਾ ਵਾ, ਉਹਦੀ ਨੀਤੀ ਬਦਲਾਉਣੀ ਆ। ਔਰ ਜਿਹੜਾ ਜ਼ਮੀਨ ਅਕਵਾਇਰ ਕਰਨ ਵਾਲੇ ਮਸਲੇ ਦੇ ਉੱਤੇ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਈਆਂ ਜਾਣਗੀਆਂ, ਉਹ ਮੁੱਦੇ ਲਿਆਂਦੇ ਜਾਂਦੇ, ਦੋ ਵੱਡੇ ਹਮਲੇ ਰੋਕਣੇ ਆਪਾਂ। ਇਹਦੇ ਨਾਲ ਦੀ ਨਾਲ MSP ਖਰੀਦ ਦੀ ਗਰੰਟੀ ਦਾ ਕਾਨੂੰਨ, ਜਿਹਨੂੰ ਅਸੀਂ ਨਾਗਵਾਲ ਸਮਝਦੇ ਹਾਂ, ਜੇ ਉਹ ਕਾਨੂੰਨ ਦੇਸ਼ ਦੀ ਪਾਰਲੀਮੈਂਟ 'ਚੋਂ ਪਾਸ ਕਰਵਾ ਕੇ ਅਰ ਕੀ ਆ ਗਏ ਤਾਂ ਫਿਰ ਖੇਤੀ ਮੰਡੀ ਕਦੀ ਵੀ ਨਹੀਂ ਟੁੱਟੂਗੀ। ਤੋ ਅਸੀਂ ਕਰਵਾਉਣਾ ਵਾ, ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਵਾਉਣਾ ਵਾ। ਇਹਦੇ ਨਾਲ ਦੀ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਲੈਣਾ, ਜਿਹੜੇ ਕਹਿੰਦੇ ਆ ਵੀ ਅਜੇ ਮਿਸ਼ਰਾ ਟਹਿਣੀ ਕਦਰੀ ਮੰਤਰੀ ਮੰਡਲ 'ਚੋਂ ਨਹੀਂ ਨਿਕਲੂਗਾ, ਜਾਂ ਉਹ ਨਿਕਲੂਗਾ ਜਾਂ ਦਿੱਲੀ ਦੀ ਸੱਤਾ ਜਾਂਦੀ ਰਹੂਗੀ। ਜਿਹੜੇ ਕੇਸ ਪਏ ਦਿੱਲੀ ਦੇ ਕਿਸਾਨਾਂ ਦੇ, ਉਹ ਵਾਪਸ ਕਰਾਉਣੇ ਹੈਗੇ ਸਾਰੇ ਦੇ ਸਾਰੇ। ਬਿਜਲੀ ਸੋਧ ਬਿੱਲ ਨਹੀਂ ਲਾਗੂ ਹੋਣ ਦੇਵਾਂਗੇ, ਇਹ ਤੋਂ ਅਗਾਂਹ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਣਾ ਹੈਗਾ ਵਾ। ਔਰ WTO ਤੋਂ ਜਾਂ ਤਾਂ ਭਾਰਤ ਬਾਹਰ ਆ ਜਾਏ ਜਾਂ ਖੇਤੀ ਨੀਤੀ ਦੇਸ਼ ਦੇ ਲੋਕਾਂ ਦੇ ਹਿਸਾਬ ਨਾਲ ਬਣਾਵੇ। ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਫਸਲਾਂ ਦਾ ਨੁਕਸਾਨ ਹੁੰਦਾ, ਫਸਲੀ ਬੀਮਾ ਯੋਜਨਾ, ਔਰ ਜਿਹੜਾ 58 ਤੋਂ 60 ਸਾਲ ਦਾ ਖੇਤ ਮਜ਼ਦੂਰ ਅਤੇ ਕਿਸਾਨ ਆ ਉਹਦੀ 10,000 ਰੁਪਇਆ ਪ੍ਰਤੀ ਮਹੀਨਾ ਜਿਹੜੀ ਆ ਉਹ ਤਨਖਾਹ ਲਾਈ ਜਾਵੇ। ਔਰ ਇਹ ਮੰਗਾਂ ਨੇ ਸਾਡੀਆਂ, ਇਹ ਹਜੇ ਟੇਲਰ ਨੇ, ਔਰ 13 ਨੂੰ ਦਿੱਲੀ ਕੂਚ ਦੇ ਵਿੱਚ ਫਿਲਮ ਪੂਰੀ ਤੁਸੀਂ ਦੇਖੋਗੇ। ਧੰਨਵਾਦ। ਡੰਪ ਕਰਕੇ ਉਹਨੂੰ ਤੋੜਨਾ ਵਾ, ਇੱਕ ਤਾਂ ਉਹ ਵਾਪਸ ਕਰਾਉਣਾ ਵਾ, ਜਿਹੜੇ 77 ਸੈਲੋ ਗੋਦਾਮ ਪੰਜਾਬ 'ਚ ਖੁੱਲ੍ਹੇ ਆ ਜਿਨ੍ਹਾਂ ਮੰਡੀਆਂ ਨੂੰ ਖਾਣਾ।